ਮੈਨੂੰ ਤਾਂ ਨਾ ਬਾਹਲੇ ਨਸ਼ਾ ਜਿਹਾ ਹੋਈ ਜਾਂਦਾ, ਸਰੂਰ ਜਿਹਾ ਆਈ ਜਾਂਦਾ, ਜਿਵੇਂ ਉੱਡ ਉੱਡ ਕੇ ਕੰਮ ਕਰਾਂ। ਇਹ ਔਰਗੈਨਿਕ ਔਰਗੈਨਿਕ ਨਸ਼ਾ, ਇਹਦੇ ਚ ਕਿਹੜਾ ਕੋਈ ਕੈਮੀਕਲ ਪਾਇਆ? ਛੇ ਛੇ ਤੇ ਇੱਕ ਗਲਾਸ ਖਿੱਚ ਲਓ ਤੇ ਮੈਂ ਇੱਕ ਗਲਾਸ ਹੋਰ ਲਿਆਦਾ। ਚੱਲ ਫਿਰ ਆਪਾਂ ਆਪਦੇ ਦੋਸਤਾਂ ਨੂੰ ਦੱਸ ਦਈਏ, ਸੀਜਨ ਆਇਆ ਖੜਾ ਵਾਢੀ ਦਾ, ਭੱਜ ਭੱਜ ਕੇ ਕੰਮ ਕਰਨਗੇ। ਲੈ ਹੋਰ ਦੋਸਤੋ ਤੁਹਾਨੂੰ ਵੀ ਦੱਸ ਦਈਏ, ਆਹ ਚੀਜ਼ ਬਣਾ ਕੇ ਪੀਓ ਤੇ ਕੰਮ ਤੇ ਲੱਗ ਜਾਓ। ਵਧੀਆ ਨਹੀਂ, ਸਿਰਫ 5 ਮਿੰਟਾਂ 'ਚ ਬਣ ਜਾਣਾ ਦੋਸਤੋ, ਤੇ ਉਹਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ ਕੱਚੇ ਅੰਬ ਚਾਹੀਦੇ ਨੇ। ਕੱਚੇ ਅੰਬੀਆਂ ਦਾ ਜਿਹੜਾ ਕਿ ਹੁਣ ਸੀਜ਼ਨ ਆ ਗਿਆ ਹੈਗਾ, ਤੇ ਤੁਸੀਂ ਇਹਨਾਂ ਅੰਬਾਂ ਨੂੰ ਜਿਹੜਾ ਪਾਉਣਾ ਜੀ ਕੁੱਕਰ 'ਚ। ਅੱਛਾ, ਕੁੱਕਰ 'ਚ ਪਾਵਾਂਗੇ? ਹਾਂਜੀ, ਤੇ ਉੱਤੋਂ ਆਪਾਂ ਪਾ ਦਾਂਗੇ ਜੀ ਅੱਧਾ ਗਲਾਸ ਪਾਣੀ ਦਾ। ਠੀਕ, ਤੇ ਨਾਲ ਹੀ ਆਪਾਂ ਥੋੜਾ ਜਿਹਾ ਇਹਦੇ ਵਿੱਚ ਅੱਧਾ ਕੁ ਚਮਚ ਪਾ ਦਾਂਗੇ ਨਮਕ ਦਾ। ਠੀਕ, ਜੇ ਤੁਸੀਂ ਇੱਕ ਵਾਰੀ ਪੀ ਲਈ ਵਾਲੇ ਹੈਗੇ ਆ ਅੰਬ, ਇਹਨਾਂ ਨੂੰ ਕੱਢ ਲੈਣੇ ਆ ਜੀ ਬਾਹਰ। ਠੀਕ, ਹਾਂਜੀ, ਆਹ ਦੇਖੋ ਕਿ ਇਸ ਤਰ੍ਹਾਂ ਦਾ ਜਿਹੜਾ ਕਿ ਕਲਰ ਆ ਗਿਆ, ਜਾਨੀ ਕਿ ਅੰਬ ਹੈ ਜਿਹੜੇ ਕਿ ਪੂਰੇ ਆਪਣੇ ਸੌਫਟ ਹੋ ਚੁੱਕੇ ਆ। ਹਾਂਜੀ, ਹੁਣ ਆਪਾਂ ਜਿਹੜਾ ਅੰਬਾਂ ਦਾ ਇਸ ਤਰ੍ਹਾਂ ਛਿਰਕਾ ਲਾ ਲਾਂਗੇ, ਜਿਹੜਾ ਕਿ ਬਹੁਤ ਹੀ ਆਸਾਨੀ ਦੇ ਨਾਲ ਲੈ ਜੂਗਾ, ਕਿਉਂਕਿ ਅੰਬ ਆ ਜਿਹੜੇ ਕਿ ਆਪਣੇ ਚੰਗੀ ਤਰ੍ਹਾਂ ਸੌਫਟ ਹੋ ਚੁੱਕੇ ਆ। ਜੇ ਆਪਾਂ ਇਸ ਤਰ੍ਹਾਂ ਜਿਹੜਾ ਕਿ ਛਿਰਕਿਆਂ ਵਿੱਚੋਂ ਵੀ ਚੰਗੀ ਤਰ੍ਹਾਂ ਲਾ ਲੈਣਾ ਜੀ, ਤੇ ਗਿੜਕ ਤੋਂ ਵੀ। ਠੀਕ ਆ ਜੀ, ਜਿਹੜਾ ਕਿ ਇੰਨਾ ਸਾਰਾ ਗੁੱਦਾ ਜਿਹੜਾ ਹੋ ਗਿਆ ਇਕੱਠਾ ਅੰਬਾਂ ਦਾ, ਤੇ ਹੁਣ ਆਪਾਂ ਦੋਸਤੋ ਲਿਆ ਜੀ ਫਰੈਸ਼ ਪੁਦੀਨਾ। ਠੀਕ, ਪੁਦੀਨਾ, ਹਾਂਜੀ ਬਿਲਕੁਲ ਫਰੈਸ਼ ਪੁਦੀਨਾ ਆਪਾਂ ਹੁਣੇ ਜਿਹੜਾ ਕਿ ਤੋੜ ਕੇ ਲਿਆਂਦਾ, ਤੇ ਹੁਣ ਆਪਾਂ ਇਹਦੀਆਂ ਜਿਹੜੀਆਂ ਪੱਤੀਆਂ, ਆਪਾਂ ਇਹਦੀਆਂ ਛੋਟੇ ਛੋਟੇ ਮਤਲਬ ਕਿ ਪੱਤੀਆਂ ਕੱਢ ਲਈਆਂ ਸੀ ਕੱਲੀਆਂ ਹੀ, ਉਹਨਾਂ ਨੂੰ ਆਪਾਂ ਪਾਵਾਂਗੇ ਜੀ ਮਿਕਸੀ ਵਾਲੇ ਜੱਗ ਦੇ ਵਿੱਚ। ਠੀਕ ਦੋਸਤੋ, ਤੁਸੀਂ ਦੇਖਦੇ ਰਹੋ ਬੰਦਾ ਕੀ ਆ, ਇਹਦਾ ਐਂਡ ਦੇ ਵਿੱਚ ਪਤਾ ਲੱਗਣਾ ਤੁਹਾਨੂੰ ਇਹਦਾ ਰਿਜ਼ਲਟ ਦਾ ਤੇ ਇਹਦੇ ਫਾਇਦੇ। ਹਾਂਜੀ, ਤੇ ਇਹਨਾਂ ਪੱਤੀਆਂ ਦੇ ਵਿੱਚ ਹੀ ਆਪਾਂ ਪਾ ਲਾਂਗੇ ਜੀ ਆਹ ਵਾਲਾ ਮੈਂਗੋ। ਠੀਕ, ਚੰਗੀ ਤਰ੍ਹਾਂ ਸਮੂਥ ਆ ਤੁਸੀਂ ਪੇਸਟ ਬਣਾ ਲੈਣਾ ਹੈਗਾ। ਠੀਕ, ਤੇ ਹੁਣ ਦੋਸਤੋ ਪੁਦੀਨਾ ਤੁਸੀਂ ਉਸੇ ਕਿੰਨਾ ਮਰਜ਼ੀ ਵੱਧ ਘੱਟ ਪਾ ਸਕਦੇ ਹੋ। ਇਹ ਆਪਣੇ ਕੋਲੇ ਅੱਧਾ ਕਿਲੋ ਜਿਹੜੇ ਕਿ ਅੰਬ ਸੀਗੇ। ਠੀਕ, ਹਾਂਜੀ, ਤੇ ਹੁਣ ਆਪਾਂ ਕੀ ਕਰਨਾ ਹੈ ਜੀ, ਹੁਣ ਆਪਾਂ ਲੈਣੀ ਹੈ ਜੀ ਇੱਕ ਕੜਾਹੀ, ਤੇ ਉਹਨੂੰ ਆਪਾਂ ਜਿਹੜਾ ਕਿ ਗੈਸ ਤੇ ਰੱਖ ਦੇਣਾ ਹੈਗਾ। ਠੀਕ, ਤੇ ਇਹਦੇ ਵਿੱਚ ਆਪਾਂ ਜਿਹੜਾ ਕਿ ਅੱਧਾ ਗਲਾਸ ਪਾਵਾਂਗੇ ਜੀ ਪਾਣੀ ਦਾ। ਠੀਕ, ਠੀਕ ਹੈ ਜੀ। ਠੀਕ, ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਮਿਸ਼ਰੀ। ਠੀਕ, ਹਾਂਜੀ, ਜਿਹੜੀ ਆਪਾਂ ਕੀ ਧਾਗੇ ਵਾਲੀ ਮਿਸ਼ਰੀ ਲਈ ਸੀਗੀ ਇਸ ਤਰ੍ਹਾਂ ਦੀ, ਤੇ ਉਹਨੂੰ ਆਪਾਂ ਜਿਹੜਾ ਕੀ ਪੀਸ ਲਿਆ। ਹੁਣ ਆਪਾਂ ਇਹਦੇ ਜਿਹੜੀ ਕਿ ਚਾਸ਼ਨੀ ਬਣਾ ਲੈਂਦੇ ਹਾਂ, ਇੱਕ ਤਾਰ ਦੀ ਚਾਸ਼ਨੀ। ਹਾਂਜੀ, ਹੁਣ ਆਪਾਂ ਇਹਦੇ ਵਿੱਚ ਅੱਧਾ ਜਿਹੜਾ ਕਿ ਨਿੰਬੂ ਨਿਚੋੜ ਦਾਂਗੇ, ਤਾਂ ਜੋ ਜਦੋਂ ਆਪਣੀ ਇਹ ਚਾਸ਼ਨੀ ਆ ਠੰਡੀ ਹੋ ਜੂਗੀ ਤਾਂ ਇਹ ਜਿਹੜੀ ਜੰਮੇ ਨਾ। ਆਪਾਂ ਕੀ ਕਰਾਂਗੇ ਜੀ, ਹੁਣ ਆਪਾਂ ਜਿਹੜਾ ਪੇਸਟ ਬਣਾਇਆ ਜੀ ਅੰਬ ਵਾਲਾ, ਠੀਕ ਹੈ ਜੀ, ਅੰਬ ਵਾਲਾ ਤੇ ਧਨੀਏ ਵਾਲਾ, ਇਹ ਸਾਰਾ ਪੇਸਟ ਆਪਾਂ ਇਹਦੇ ਵਿੱਚ ਪਾ ਦਾਂਗੇ। ਠੀਕ, ਤੇ ਇਹਨੂੰ ਆਪਾਂ ਇਸੇ ਤਰ੍ਹਾਂ ਹੀ ਜਿਹੜੇ ਕਿ ਹਿਲਾਉਂਦੇ ਜਾਵਾਂਗੇ ਤਾਂ ਜੋ ਚੰਗੀ ਤਰ੍ਹਾਂ ਮਿਕਸ ਹੋ ਜੇ, ਥੋੜਾ ਜਿਹਾ ਗਾੜਾ ਹੋ ਜਾਊਗਾ ਤੇ ਜਿਹੜਾ ਕਿ ਇਸ ਤਰ੍ਹਾਂ ਬੁਲਬੁਲੇ ਬਣਨ ਲੱਗ ਜਾਣਗੇ। ਠੀਕ, ਫਿਰ ਤੁਸੀਂ ਕੀ ਕਰਨਾ, ਇਹਦੇ ਵਿੱਚ ਆਪਾਂ ਅੱਧਾ ਚਮਚ ਪਾਵਾਂਗੇ ਜੀ ਜੀਰਾ ਪਾਊਡਰ। ਠੀਕ, ਇੱਕ ਪਾਊਡਰ, ਠੀਕ, ਸੌਂਫ ਪਾਊਡਰ, ਠੀਕ, ਕਾਲਾ ਨਮਕ, ਠੀਕ, ਇੱਕ ਆਪਾਂ ਪਾਵਾਂਗੇ ਜੀ ਕਾਲੀ ਮਿਰਚ ਪਾਊਡਰ। ਠੀਕ, ਪਵਨ, ਤੇ ਹੁਣ ਇਹਨਾਂ ਨੂੰ ਪਾ ਕਰ ਦਿੰਦੇ ਆਪਾਂ ਮਿਕਸ, ਤੇ ਅੰਬ ਵਾਲੇ ਜਿਹੜਾ ਡਰਿੰਕ ਠੰਡਾ ਹੋ ਜੂਗਾ ਇਹ ਵਾਲਾ ਜਦੋਂ, ਤੇ ਫਿਰ ਆਪਾਂ ਇਹਨੂੰ ਜਿਹੜਾ ਕੱਚ ਦੀ ਬੋਤਲ ਚ ਪਾ ਕੇ ਜਿਹੜਾ ਕਿ ਸਟੋਰ ਕਰਕੇ ਰੱਖ ਸਕਦੇ ਆ। ਕੋਈ ਵੀ ਦੋਸਤ ਇਹਦੇ ਵਿੱਚ ਆਪਾਂ ਫੂਡ ਕਲਰ ਨਹੀਂ ਐਡ ਕੀਤਾਗਾ, ਤੇ ਜੇ ਤੁਸੀਂ ਚਾਹੋ ਤਾਂ ਕਰ ਵੀ ਸਕਦੇ ਹੋ। ਤੇ ਹੁਣ ਆਪਾਂ ਲਵਾਂਗੇ ਜੀ ਇੱਕ ਗਲਾਸ, ਗਲਾਸ ਦੇ ਵਿੱਚ ਪਾਵਾਂਗੇ ਜੀ ਬਰਫ਼। ਠੀਕ, ਠੀਕ ਹੈ ਜੀ, ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਇਹ ਵਾਲਾ ਮਿਸ਼ਰਣ।
ਠੀਕ, ਇਹ ਮਿੰਜ ਮਜੀਟੋ ਬਣ ਗਿਆ ਪਵਨ। ਹਾਂਜੀ, ਜਿਹੜਾ 250-300 ਰੁਪਏ ਦਾ ਕੱਪ ਮਿਲਦਾ। ਬਿਲਕੁਲ ਜੀ, ਤੇ ਨਾਲੇ ਕੈਮੀਕਲ ਫ੍ਰੀ ਤੇ ਬਿਲਕੁਲ ਆਰਗੈਨਿਕ। ਤੇ ਹੁਣ ਤੁਸੀਂ ਕਰਨਾ ਚ ਪਾ ਦੇਣਾ ਜੀ ਠੰਡਾ ਪਾਣੀ। ਠੀਕ, ਤੇ ਹੁਣ ਤੁਸੀਂ ਇਹਨੂੰ ਕਰੋ ਇੰਜੋਏ। ਹਾਂਜੀ, ਹੁਣ ਇਹ ਵਾਲੀ ਡਰਿੰਕ ਆਪਣੀ ਬਣ ਕੇ ਬਿਲਕੁਲ ਤਿਆਰ ਹੋ ਗਈ ਆ ਦੋਸਤੋ। ਅਸੀਂ ਤਾਂ ਹਰ ਗਰਮੀਆਂ ਇਸ ਤਰ੍ਹਾਂ ਹੀ ਬਣਾਉਂਦੇ ਹੁੰਦੇ ਹਾਂ। ਤੁਸੀਂ ਵੀ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਅਤੇ ਠੰਡੀ ਠੰਡੀ ਡਰਿੰਕ ਪਾ ਕੇ ਬਣਾ ਕੇ ਜਿਹੜੀ ਪੀਓ ਅਤੇ ਬਿਲਕੁਲ ਵੀ ਤੁਹਾਨੂੰ ਗਰਮੀ ਨਹੀਂ ਲੱਗੇਗੀ। ਬਹੁਤ ਹੀ ਟੇਸਟੀ ਬਣੀ ਆ ਦੋਸਤੋ, ਇੱਕ ਵਾਰੀ ਜ਼ਰੂਰ ਟਰਾਈ ਕਰਿਓ। ਵੀਡੀਓ ਵਧੀਆ ਲੱਗੀ ਅੱਗੇ ਸ਼ੇਅਰ ਜ਼ਰੂਰ ਕਰ ਦਿਓ।